ਹਰ ਧੀ ਦੇ ਭਾਗਾਂ ਵਿੱਚ ਪਿਤਾ ਹੁੰਦਾ ਹੈ ਪਰ ਹਰ ਪਿਤਾ ਦੀ ਭਾਗਾਂ ਵਿੱਚ ਧੀ ਨਹੀਂ ਹੁੰਦੀ ਕੁੜੀ ਹੋਣਾ ਕੋਈ ਸੌਖੀ ਗੱਲ ਨਹੀਂ ਅੱਧੇ ਚਾ ਆਪਣੇ ਦਿਲ ਵਿੱਚ ਦਫਨ ਕਰਨੇ ਪੈਂਦੇ ਨੇ ਧੀਆਂ ਹਰ ਘਰ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਉੱਥੇ ਹੁੰਦੀਆਂ ਨੇ ਇੱਕ ਧੀ ਤੇ ਦੂਜਾ ਰੁੱਖ ਦੋਵਾਂ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਰੁੱਖ ਧੁੱਪ ਵਿੱਚ ਤੇ ਧੀ ਦੁੱਖ ਵਿੱਚ ਬੰਦੇ ਦਾ ਦੁੱਖ ਵੰਡਾਉਂਦੇ ਨੇ ਜੋ ਖੁਸ਼ੀਆਂ ਨਾਲ ਲਿਆਉਂਦੀ ਐ ਤੇਰੇ ਲਈ ਮੈਂ ਉਹ ਰੁੱਤ ਹੋਵਾਂ ਹਰ ਜਨਮ ਬਣੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰੀ ਧੀ ਹੋਵਾਂ ਮੇਰਾ ਪੁੱਤਰ ਉਦੋਂ ਤੱਕ ਮੇਰਾ ਹੈ ਜਦੋਂ ਤੱਕ ਉਸ ਨੂੰ ਪਤਨੀ ਨਹੀਂ ਮਿਲ ਜਾਂਦੀ ਪਰ ਮੇਰੀ ਧੀ ਉਦੋਂ ਤੱਕ ਮੇਰੀ ਹੈ ਜਦੋਂ ਤੱਕ ਮੇਰੀ ਜ਼ਿੰਦਗੀ ਮੁੱਕ ਨਹੀਂ ਜਾਂਦੀ ਦਿਲ ਵਿੱਚ ਦੱਬੀਆਂ ਫਰੋਲ ਲੈਂਦੀਆਂ ਅਕਸਰ ਹੀ ਜਦ ਕੋਲ ਬੈੰਦੀਆਂ ਹੋਰ ਕਿਸੇ ਨਾਲ ਨਹੀਂ ਹੁੰਦੀਆਂ ਜੋ ਮਾਂ ਨਾਲ ਹੋਣ ਸਲਾਵਾ ਤਿਆਂ ਦੀਆਂ ਪੀੜਾਂ ਨੂੰ ਸਿਰਫ ਨੇੜਿਓਂ ਸਮਝਣ ਮਾਵਾ ਠੀਕ ਦਾਤ ਹੈ ਜੋ ਬੰਦੇ ਨੂੰ ਬੰਦਾ ਬਣਾਉਣਾ ਸਿਖਾਉਂਦੀ ਹੈ ਪੁੱਤ ਮਾਪੇ ਨੂੰ ਸਵਰਗ ਲੈ ਜਾਂਦੇ ਹਨ ਪਰ ਜੋ ਸਵਰਗ ਹੀ ਧਰਤੀ ਤੇ ਲੈ ਆਵੇ ਉਹ ਹੁੰਦੀਆਂ ਹਨ ਤਿਆਂ ਪਰਿਵਾਰ ਦੀ ਖੁਸ਼ੀ ਲਈ ਸਭ ਕੁਝ ਤਿਆਗ ਦਿੰਦੀਆਂ ਨੇ ਤਿਆਂ ਫੇਰ ਵੀ ਕਿਉਂ ਸਭ ਦੇ ਮਨ ਵਿੱਚ ਖਟਕਦੀਆਂ ਨੇ ਤਿਆਂ